ਜੀਤ ਵੈਬ ਟੀਵੀ ਦੇ ਦਰਸ਼ਕੋ ਤੁਹਾਡਾ ਸਵਾਗਤ ਹੈ। ਕੱਲ ਤਾਰਨ ਗੁਰੂ ਨਾਨਕ ਆਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਵੀਂ ਦਿੱਲੀ ਤੋਂ ਚੱਲ ਕੇ ਜਿਹੜਾ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਜਾ ਰਿਹਾ ਹੈ, ਉਹ ਨਗਰ ਕੀਰਤਨ ਇੱਥੇ ਅਟਾਰੀ ਵਾਹਗਾ ਸਰਹੱਦ 'ਤੇ ਅੱਜ ਦੁਪਹਿਰ ਨੂੰ ਪੁੱਜਣ ਦੀ ਸੰਭਾਵਨਾ ਹੈ। ਪਰ ਇਸ ਨਗਰ ਕੀਰਤਨ ਦੇ ਨਾਲ ਜਾਣ ਵਾਲੀਆਂ ਸੰਗਤਾਂ 'ਚ ਇੰਨਾ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਬਹੁਤ ਸਾਰੀਆਂ ਸੰਗਤਾਂ ਹੁਣ ਤੋਂ ਹੀ ਇਸ ਵੇਲੇ ਹੀ ਇੱਥੇ ਅਟਾਰੀ ਵਾਹਗਾ ਸਰਹੱਦ 'ਤੇ ਪਹੁੰਚ ਚੁੱਕੀਆਂ ਹਨ। ਸੰਗਤਾਂ ਦੇ ਉਤਸ਼ਾਹ ਨੂੰ ਦੇਖਦਿਆਂ ਹੋਇਆਂ ਇਹ ਕਿਹਾ ਜਾ ਸਕਦਾ ਹੈ ਕਿ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਅਸਥਾਨ ਦੇ ਦਰਸ਼ਨ ਕਰਨ ਜਾ ਰਹੀਆਂ ਨੇ। ਸਾਡੇ ਨਾਲ ਕੁਝ ਸ਼ਰਧਾਲੂ ਇੱਥੇ ICP ਅਟਾਰੀ ਵਿਖੇ ਪਹੁੰਚੇ ਹੋਏ ਨੇ, ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਤੁਸੀਂ ਨਨਕਾਣਾ ਸਾਹਿਬ ਜਾ ਰਹੇ ਜੀ, ਨਗਰ ਕੀਰਤਨ ਨਾਲ ਕਿਵੇਂ ਲੱਗ ਰਿਹਾ ਹੈ? ਜੀ ਬਹੁਤ ਵਧੀਆ ਲੱਗ ਰਿਹਾ। ਮੈਂ ਸਮਝਦਾ ਮੈਂ ਬੜਾ ਵੱਡਾ ਭਾਗਾ ਵਾਂ ਕਿ 550 ਸਾਲਾਂ ਦੇ ਉੱਪਰ ਮੈਂ ਉੱਥੇ ਦਰਸ਼ਨ ਕਰਨ ਜਾ ਰਿਹਾ, ਅਤੇ ਇਹ ਜ਼ਿੰਦਗੀ 'ਚ ਇੱਕ ਵਾਰੀ ਟਾਈਮ ਆਉਣਾ ਜੀ, ਔਰ ਇਹ ਟਾਈਮ ਮੈਂ ਵੱਡਾ ਭਾਗਾ ਸਮਝਦਾ ਕਿ ਮੈਨੂੰ ਪ੍ਰਾਪਤ ਹੋਇਆ ਜੀ। ਇਸ ਤੋਂ ਪਹਿਲਾਂ ਵੀ ਕਦੀ ਜਾਣ ਦਾ ਮੌਕਾ ਮਿਲਿਆ ਜੀ? ਜੀ ਮੈਂ ਪਹਿਲੇ ਵੀ ਗਿਆ ਸੀਗਾ ਜੀ, ਮੈਂ 1980 ਵਿੱਚ ਗਿਆ ਸੀਗਾ, ਅਤੇ ਉਸ ਤੋਂ ਬਾਅਦ ਮੈਂ 2004 ਵਿੱਚ ਵੀ ਗਿਆ, ਲੇਕਿਨ ਹੁਣ ਜਾ ਕੇ 550 ਸਾਲਾਂ ਦੇ ਦੇਖੋ ਜੀ ਪਹਿਲੀ ਵਾਰੀ ਆਇਆ, ਅਤੇ 550 ਸਾਲਾਂ ਦੇ ਜਿਹੜਾ ਬਹੁਤ ਵੱਡੇ ਉੱਥੇ ਸਮਾਗਮ ਹੋ ਰਹੇ ਸੁਣਿਆ, ਬਹੁਤ ਵਧੀਆ ਉਹਨਾਂ ਨੇ ਪ੍ਰਬੰਧ ਕੀਤੇ ਹੋਏ ਆ, ਅਤੇ ਜਾ ਕੇ ਦੁਬਾਰਾ ਦਰਸ਼ਨ ਕਰਨ ਦਾ ਮੌਕਾ ਮਿਲੇਗਾ ਜੀ। ਇਹ ਸਨ ਗੁਰੂ ਘਰ ਦੇ ਸ਼ਰਧਾਲੂ ਜਿਨ੍ਹਾਂ ਨੂੰ ਚਾਚਾ ਚਪੇੜਾਂ ਵਾਲੇ ਦੇ ਨਾਂ ਨਾਲ ਇੱਕ ਅਦਾਕਾਰ ਵਜੋਂ ਵੀ ਜਾਣਿਆ ਜਾਂਦਾ ਹੈ, ਇਹ ਵੀ ਆਪਣੇ ਪਰਿਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਨ। ਇਸੇ ਤਰ੍ਹਾਂ ਦਿੱਲੀ ਤੋਂ ਬਹੁਤ ਸਾਰੀਆਂ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਹਨ, ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਵੀ ਸ਼ਾਮਲ ਨੇ। ਔਰ ਆਓ ਸਾਡੇ ਨਾਲ ਇੱਕ ਭਾਈ ਸਾਹਿਬ ਹੋਰ ਖੜ੍ਹੇ ਨੇ ਜਿਹੜੇ ਕਿ ਇਸ ਨਗਰ ਕੀਰਤਨ ਨਾਲ ਪਾਕਿਸਤਾਨ ਜਾ ਰਹੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਤੁਹਾਡਾ ਸਵਾਗਤ ਹੈ ਅਜੀਤ ਵੈਬ ਟੀਵੀ 'ਤੇ। ਕਿੱਥੋਂ ਆਏ ਤੁਸੀਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਫਤਿਹਨਗਰ ਤੋਂ 5 ਬੱਸਾਂ ਲੈ ਕੇ ਆਏ ਹਾਂ, ਦਿੱਲੀ ਤੋਂ ਤਕਰੀਬਨ 64 ਬੱਸਾਂ ਆਈਆਂ ਅਤੇ 300 ਕਾਰਾਂ ਜੋ ਸੰਨਾ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਆਈਆਂ ਨੇ ਇੱਥੇ, ਜੋ ਨਗਰ ਕੀਰਤਨ ਪਰਮਿਸ਼ਨ ਮਿਲੀ ਹੈ। 1469 ਬੰਦਾ ਦਿੱਲੀ ਤੋਂ ਜਾ ਰਿਹਾ ਪਾਕਿਸਤਾਨ ਜੱਥੇ ਲਈ। ਅਸੀਂ ਸੰਨਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵਿਜ਼ਾ ਲਵਾਇਆ ਸਾਡੀ ਸੰਗਤਾਂ ਦਾ, ਅਤੇ ਨਨਕਾਣਾ ਸਾਹਿਬ ਗੁਰਦੁਆਰੇ ਪੰਜਾ ਸਾਹਿਬ ਹੋਰ ਗੁਰਦੁਆਰੇ ਧਾਰਮਿਕ ਥਾਣਾਂ ਦੇ ਦਰਸ਼ਨ ਦੀਦਾਰੇ ਕਰਕੇ ਅਸੀਂ ਆਵਾਂਗੇ। ਅਸੀਂ ਸਾਰੀ ਸਾਧ ਸੰਗਤ ਨੂੰ ਫਤਿਹ ਬੁਲਾਉਂਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਸੋ ਪਿਆਰੇ ਦਰਸ਼ਕੋ, ਇਸੇ ਤਰ੍ਹਾਂ ਹੀ ਹੋਰ ਬੱਸਾਂ ਅਤੇ ਕਾਰਾਂ ਦੇ ਕਾਫਲੇ ਹੁਣ ਤੋਂ ਹੀ ਇੱਥੇ ਅਟਾਰੀ ਬਾਰਡਰ ਵਿਖੇ ਪੁੱਜਣੇ ਸ਼ੁਰੂ ਹੋ ਗਏ ਨੇ। ਹੁਣੇ ਸੂਚਨਾ ਮਿਲੀ ਹੈ ਕਿ ਅੰਦਰ ਜਾਣ ਦੀ ਇਜਾਜ਼ਤ ਵੀ ਮਿਲ ਗਈ ਹੈ, ਪਾਸਪੋਰਟ ਅਤੇ ਹੋਰ ਫਾਰਮੈਲਿਟੀਆਂ ਪੂਰੀਆਂ ਕਰਨ ਵਾਸਤੇ। ਜਿਉਂ ਜਿਉਂ ਸਾਡੇ ਕੋਲ ਹੋਰ ਨਵਾਂ ਅਪਡੇਟ ਹੋਏਗਾ ਤੁਹਾਨੂੰ ਅਸੀਂ ਰੂਬਰੂ ਕਰਾਉਂਦੇ ਰਵਾਂਗੇ। ਹਾਂ, ਇੱਕ ਗੱਲ ਮੈਂ ਜ਼ਰੂਰ ਦੱਸਣੀ ਚਾਹਾਂਗਾ ਕਿ ਅਜੀਤ ਵੈਬ ਟੀਵੀ ਵੱਲੋਂ ਇਸ ਵਾਰ ਵੀ ਆਪਣੀ ਵਿਸ਼ੇਸ਼ ਟੀਮ ਜਿਹੜੀ ਆ ਉਹ ਇਸ ਨਗਰ ਕੀਰਤਨ ਦੀ ਕਵਰੇਜ ਵਾਸਤੇ ਪਾਕਿਸਤਾਨ ਨਾਲ ਭੇਜੀ ਜਾ ਰਹੀ ਹੈ। ਮੇਰੇ ਨਾਲ ਸਾਡੇ ਰੁਪਿੰਦਰਜੀਤ ਸਿੰਘ ਡਿੰਪਲ ਜੀ, ਉਹ ਵੀ ਸ੍ਰੀ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਦੇ ਹੋਰ ਗੁਰਧਾਮਾਂ ਵਾਸਤੇ ਕਵਰੇਜ ਵਾਸਤੇ ਜਾ ਰਹੇ ਹਨ। ਜਿਉਂ ਵੀ ਸਾਡੇ ਕੋਲ ਨਵੀਂ ਅਪਡੇਟ ਹੋਵੇਗੀ ਤੁਹਾਨੂੰ ਨਾਲ ਨਾਲ ਹੀ ਰੂਬਰੂ ਕਰਾਉਂਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।